ਵੀਡੀਓ ਦੇਖਣ ਤੋਂ ਪਹਿਲਾਂ ਸੱਚ ਦਾ ਸੁਨੇਹਾ ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਲੱਗੇ ਬੈਲ ਦੇ ਆਈਕਨ ਤੇ ਜਰੂਰ ਕਲਿੱਕ ਕਰੋ। ਸੱਚ ਦਾ ਸੁਨੇਹਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਸਾਡੇ ਨਾਲ ਮੌਜੂਦ ਹਨ ਪਿੰਡ ਚੈਣਾ ਤੋਂ, ਜਿਸ ਪਰਿਵਾਰ ਨਾਲ ਪੁਲਿਸ ਵੱਲੋਂ ਧੱਕੇਸ਼ਾਹੀ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਤੁਹਾਡਾ ਘਰ ਅਸੀਂ ਜ਼ਬਰਦਸਤੀ ਢਾ ਦਾਂਗੇ। ਆਓ ਉਹਨਾਂ ਨਾਲ ਕਰਦਿਆਂ ਗੱਲਬਾਤ ਕਿ ਪੂਰਾ ਮਾਮਲਾ ਕੀ ਸੀ। ਹਾਂਜੀ ਮਾਤਾ ਜੀ, ਇਹ ਪੂਰਾ ਮਾਮਲਾ ਕੀ ਸੀ? ਪੁਲਿਸ ਨੇ ਤੁਹਾਨੂੰ ਕਿਉਂ ਘਰ ਢਾਉਣ ਦੀ ਧਮਕੀ ਦਿੱਤੀ? ਸਾਨੂੰ ਧਮਕੀ ਦਿੱਤੀ ਹੈ ਵੀ ਤੁਸੀਂ ਇੱਥੋਂ ਉੱਠ ਜਿਓ, ਤੁਹਾਡਾ ਘਰ ਢਾਵਾਂਗੇ, ਅਤੇ ਸਾਨੂੰ ਮੈਨੂੰ ਉੱਤੋਂ ਆਰਡਰ ਆਇਆ ਹੈਗਾ ਅਤੇ ਤੁਸੀਂ ਕਹਾਂ ਇੱਥੋਂ ਉੱਠ ਜਿਓ, ਅਤੇ ਫਿਰ ਉਹ ਜਾ ਵੜੇ ਸੀਗੇ। ਪੁਲਿਸ ਨੇ ਕਿਹਾ ਕਿਉਂ ਅਸੀਂ ਤੁਹਾਡਾ ਘਰ ਕਿਉਂ ਢਾਵਾਂਗੇ? ਪੁਲਿਸ ਨੇ ਊਂ ਆਖਣਾ ਸੀਗਾ ਵੀ ਤੁਹਾਡਾ ਸਾਡਾ ਘਰ ਕਾ ਤੂੰ ਢਾਉਂਗੇ ਤੁਸੀਂ, ਬਈ ਅਸੀਂ ਕੀ ਖੁਨਾ ਕੀਤਾ ਹੈਗਾ। ਉਹਨਾਂ ਨੇ ਤੁਹਾਨੂੰ ਇਸ ਬਾਰੇ ਕੁਛ ਨਹੀਂ ਕਿਹਾ ਕਿ ਅਸੀਂ ਕਿਉਂ ਆਏ ਹਾਂ, ਕਿਉਂ ਤੁਹਾਡਾ ਘਰ ਢਾਉਣਾ, ਕਿਉਂ ਸਾਨੂੰ ਆਰਡਰ ਆਏ ਉੱਤੋਂ? ਉਹਨੂੰ ਆਖਿਆ ਸੀਗਾ ਅਸੀਂ ਤਾਂ। ਉਹਨਾਂ ਨੇ ਕੀ ਆਖਿਆ ਗਾ, ਉਹ ਜਵਾਬ ਕੀ ਦਿੱਤਾ? ਉਹ ਪੁਲਿਸ ਵਾਲੇ ਨਾ, ਹਾਂਜੀ, ਉਹਨੇ ਆਖਿਆ ਕਿ ਮੈਨੂੰ ਉੱਤੋਂ ਆਰਡਰ ਆਇਆ ਹੈਗਾ ਅਤੇ ਸਵੇਰੇ ਕਾ ਤੁਹਾਡਾ ਘਰ ਢਾ ਦੇਣਾ ਸੀ। ਉਸ ਤੋਂ ਬਾਅਦ ਨਹੀਂ ਪੁਲਿਸ ਵਾਲੇ ਆਏ? ਉਦੋਂ ਬਾਅਦ ਨਹੀਂ ਆਏ। ਤੁਹਾਡਾ ਨਾਮ ਕੀ ਹੈ ਮਾਤਾ ਜੀ? ਮੂਰਤੀ। ਮੂਰਤੀ ਪਿੰਡ ਕਿਹੜਾ? ਚੈਨਾ। ਪਿੰਡਾ ਬਹੁਤ ਸਾਲ ਹੋ ਗਏ, 15-20 ਸਾਲ ਹੋ ਗਏ। ਅੱਛਾ ਜੀ। ਸਾਡੀ ਵੋਟਾਂ, ਆਧਾਰ ਕਾਰਡ ਸਾਰਾ ਕੁਛ ਉੱਥੋਂ ਦਾ ਹੀ ਬਣਿਆ ਹੈਗਾ। ਉਸ ਤੋਂ ਬਾਅਦ ਤੁਹਾਡੀ ਪੁਲਿਸ ਵਾਲੇ ਕਿਸੇ ਨਾਲ ਵੀ ਕੋਈ ਗੱਲਬਾਤ ਨਹੀਂ? ਉਦੋਂ ਬਾਅਦ ਨਹੀਂ ਆਇਆ, ਕੱਲ੍ਹ ਪਿੱਛੋਂ, ਕੱਲ੍ਹ 2 ਵਜੇ ਦੀ ਗੱਲ ਹੈ। ਇਹ ਕਿਹਦੇ ਕਹਿਣ ਤੇ ਕੰਮ ਹੋ ਰਿਹਾ? ਤੁਹਾਨੂੰ ਕੀ ਲੱਗਦਾ ਕਿਸ ਤੇ ਸ਼ੱਕ? ਕਿਉਂ ਤੁਹਾਡੇ ਉੱਤੇ? ਸਾਨੂੰ ਤਾਂ ਕਿਸੇ ਤੇ ਵੀ ਸ਼ੱਕ ਨਹੀਂ ਆ, ਸਾਨੂੰ ਕੀ ਪਤਾ ਸੀ ਵੇਖਦਾ, ਸਾਡੇ ਤਾਂ ਕੋਈ ਵੈਰ ਵੀ ਨਹੀਂ ਕਰਦਾ ਪਿੰਡ ਵਿੱਚ ਹੈਗਾ, ਸਾਰੇ ਜੀਓ ਜੀ ਕਰਦੇ ਆ ਸਾਨੂੰ ਤਾਂ। ਪੁਲਿਸ ਵੱਲੋਂ ਆ ਨਜਾਇਜ਼ ਧੱਕੇ ਸ਼ਾਹੀ? ਨਜਾਇਜ਼ ਹੀ ਆਇਆ ਸੀ ਪੁਲਿਸ ਵਾਲਾ ਤਾਂ ਉਹਦੇ। ਹਾਂ, ਹੋਰ ਸਾਨੂੰ ਕੋਈ ਨਹੀਂ ਕੋਈ ਛੇੜਦਾ, ਉੱਥੇ ਪਿੰਡ ਠੇਕੇ ਕੋਲੇ ਬੈਠੇ ਆ, ਸਾਰੇ ਭੈਣ ਭਰਾ ਵਾਂਗੂ ਰਹਿੰਦੇ ਹੈਗੇ। ਸਾਨੂੰ ਬਹੁਤ ਮਦਦ ਕੀਤੀ ਹੈ, ਸਾਡਾ ਘਰ ਵੀ ਉਹਨਾਂ ਨੇ ਪਾ ਕੇ ਦਿੱਤਾ, ਮੇਰਾ ਭਰਾ ਮਰ ਗਿਆ ਸੀ ਉਦੋਂ ਪਿੰਡ ਵਾਲਿਆਂ ਨੇ। ਹਾਂ, ਪਿੰਡ ਵਾਲਿਆਂ ਨੇ ਨਾਲੇ ਥਾਂ ਵਿੱਚ ਉੱਥੇ ਸਾਨੂੰ ਬੁਆਏ ਹੈਗੇ ਵੀ ਤੁਹਾਨੂੰ ਕੋਈ ਚੀਜ਼ ਦੀ ਕਮੀ ਨਹੀਂ ਹੁੰਦੀ, ਇਸ ਤਰ੍ਹਾਂ ਆਖੇ ਸਾਨੂੰ ਬੁਆਏ ਹੈਗੇ। ਜਦੋਂ ਪੁਲਿਸ ਵਾਲੇ ਤੁਹਾਡੇ ਘਰ ਆਏ ਉਦੋਂ ਤੁਹਾਡੇ ਘਰ ਵਿੱਚ ਕੌਣ ਕੌਣ ਮੌਜੂਦ ਸਨ? ਅਸੀਂ ਮੇਰਾ ਮੁੰਡਾ ਸੀਗਾ, ਮੇਰੀ ਨੂੰਹ ਸੀਗੀ, ਮੇਰੀ ਬੀਬੀ ਸੀਗੀ, ਅਤੇ ਪਿੱਛੋਂ ਹੋਰ ਉੱਥੋਂ ਹੋਰ ਮੁੰਡੇ ਖੜੇ ਸੀ ਠੇਕੇ ਕੋਲੇ, ਉਹ ਸਾਰੇ ਉੱਥੇ ਆ ਗਏ ਸੀ, 5-6 ਮੁੰਡੇ ਸੀਗੇ। ਉਹਨਾਂ ਨੇ ਵੀ ਆਖਿਆ ਵੀ ਤੁਸੀਂ ਘਰ ਕਾਂ ਤੂੰ ਟਾਇਓਗੇ, ਅਸੀਂ ਘਰ ਅਸੀਂ ਪਾ ਕੇ ਦਿੱਤਾ ਸਾਰੇ ਪਿੰਡ ਨਾਲ ਰਲ ਕੇ, ਕਿ ਨਾ 500 ਦਿੱਤਾ, ਕਿ ਨਾ 200 ਦਿੱਤਾ, ਕਿ ਨਾ 400 ਰੁਪਇਆ ਦਿੱਤਾ, ਇਸ ਤਰ੍ਹਾਂ ਘਰ ਪਾ ਕੇ ਦਿੱਤਾ ਅਤੇ ਤੁਸੀਂ ਕਾਂ ਤੂੰ ਟਾਉਣਾ ਹੈਗਾ। ਹਾਂਜੀ, ਫਿਰ ਪੁਲਿਸ ਵਾਲੇ ਕੀ ਕਹਿੰਦੇ? ਉਹ ਪੁਲਿਸ ਵਾਲਾ ਆਖ ਫਿਰ ਕਹਿ ਮੈਨੂੰ ਆਰਡਰ ਆਇਆ ਉੱਥੋਂ ਕੱਲਿਆ। ਤੁਹਾਡੀ ਇਸ ਬਾਤ ਨਾਲ ਕੀ ਰਿਸ਼ਤੇਦਾਰੀਆਂ? ਮੇਰੀ ਮਾਂ ਲੱਗ ਗਈ। ਅੱਛਾ, ਤੇ ਪੁਲਿਸ ਵਾਲੇ ਦੇ ਵੱਲੋਂ ਕੀ ਕਿਹਾ ਗਿਆ, ਕੀ ਨਾਮ ਸੀ ਪੁਲਿਸ ਵਾਲੇ ਦਾ, ਕੁਝ ਦੱਸੋਗੇ? ਪੁਲਿਸ ਵਾਲੇ ਦਾ ਨਾਮ ਨਿਰਮਲ ਸਿੰਘ ਜੀ। ਉਹਨਾਂ ਨੇ ਐਂ ਕਿਹਾ ਸੀ ਵੀ ਸਾਨੂੰ ਆ ਕੇ ਤੁਸੀਂ ਘਰ ਢਾ ਦਿਓ, ਘਰ ਢਾਵਾਂਗੇ ਅਸੀਂ ਆ ਕੇ, ਅਤੇ ਤੁਸੀਂ ਉੱਠ ਖੜੋ ਅੱਜ ਤੜਕੇ ਘਰ ਢਾ ਦਿਆਂਗੇ ਅਸੀਂ। ਉਸ ਤੋਂ ਬਾਅਦ ਉਹਨਾਂ ਪੁਲਿਸ ਵਾਲਿਆਂ ਵਿੱਚੋਂ ਕੋਈ ਤੁਹਾਡੇ ਘਰ ਆਇਆ ਜਾਂ ਤੁਹਾਨੂੰ ਕੋਈ ਫੋਨ ਆਇਆ ਹੋਵੇ? ਨਹੀਂ, ਕੋਈ ਫੋਨ ਫਾਨ ਨਹੀਂ ਆਇਆ, ਨਾ ਹੀ ਬਾਅਦ 'ਚ ਆਇਆ ਕੋਈ ਸਾਡੇ ਕੋਲ। ਇਦੋਂ ਬਾਅਦ ਅਸੀਂ ਫਿਰ ਬਾਈ ਅੱਗੇ ਨੂੰ ਦੱਸਤਾ ਸੀ ਬਸ। ਤੁਹਾਡੀ ਮੰਗ ਕੀ ਹੈ, ਕੀ ਕਾਰਵਾਈ ਹੋਣੀ ਚਾਹੀਦੀ ਆ? ਧੱਕੇਸ਼ਾਹੀ ਆ ਪੁਲਿਸ ਵਾਲਿਆਂ ਦੀ, ਹੁਣ ਕੋਈ ਸਾਨੂੰ ਰੋਕ ਨਾ ਦੇਵੇ, ਅਤੇ ਬਈ ਅਸੀਂ ਉੱਥੇ ਬੈਠੇ ਹਾਂ, ਸਾਡੇ ਘਰ ਬਣਿਆ ਹੈਗਾ, ਅਤੇ ਸਾਡੇ ਥਾਂ ਹੁਣ ਥਾਂ 'ਚ ਕੋਈ ਸਾਨੂੰ ਰੋਕ ਨਹੀਂ ਦਿੰਦਾ ਦੇ ਸਕੇ। ਕੀ ਗੱਲ ਸੀ ਜੀ? ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਜਦ ਇੱਕ ਮੁਲਾਜ਼ਮ ਪੁਲਿਸ ਵਾਲਾ ਆਇਆ ਉੱਥੇ, ਠੀਕ ਹੈ ਨਾ, ਉਸਨੇ ਵਿਚਾਰੇ ਗੱਡੀਆਂ ਵਾਲਿਆਂ ਨੂੰ, ਪਰਦੇਸੀ ਬੰਦਿਆਂ ਨੂੰ ਆਣ ਕੇ ਧਮਕੀ ਦਿੱਤੀ। ਉਹਨਾਂ ਨੂੰ ਧਮਕੀ ਇਹ ਦਿੱਤੀ ਕਿ ਸੁਬਾਹ ਤੱਕ ਘਰ ਖਾਲੀ ਕਰ ਦਿਓ, ਨਹੀਂ ਤਾਂ ਤੁਹਾਡਾ ਘਰ ਢਾ ਦੇਵਾਂਗੇ। ਅਸੀਂ ਇਹੀ ਉਹਨਾਂ ਤੋਂ ਵਜ੍ਹਾ ਪੁੱਛਣੀ ਚਾਹੁੰਦੇ ਹਾਂ ਵੀ ਉਹਨਾਂ ਦਾ ਮਕਸਦ ਕੀ ਸੀ ਘਰ ਢਾਉਣ 'ਚ, ਕਿਹੜੀ ਵਜ੍ਹਾ ਨਾਲ ਆਇਆ, ਕਿਹਦੇ ਆਰਡਰ 'ਤੇ ਆਇਆ ਉਹ, ਠੀਕ ਹੈ ਨਾ। ਅਸੀਂ ਇਹੀ ਸਾਬਤ ਕਰਨਾ ਹੈਗਾ ਵੀ ਕਿਸਦੇ ਆਰਡਰ 'ਤੇ ਆਇਆ, ਸਾਨੂੰ ਉਹ ਬੰਦਾ ਠੀਕ ਹੈ ਸਾਹਮਣੇ ਹੋਣਾ ਚਾਹੀਦਾ ਸਾਡੇ। ਹਾਂਜੀ, ਨਿਰਮਲ ਸਿੰਘ ਸੀਗਾ ਜੀ, ਮੁਲਾਜ਼ਮ ਦਾ ਨਾਂ ਨਿਰਮਲ ਸਿੰਘ ਸੀਗਾ, SHO ਦਾ ਗਨਮੈਨ ਸੀਗਾ, ਇਨੋ ਗੱਡੀ 2626 ਨੰਬਰ ਆ ਜੀ। ਉਹਨਾਂ ਨੇ ਆ ਕੇ ਪੂਰੀ ਗੱਲ ਕੀ ਕਹੀ, ਉਹਨਾਂ ਨੇ ਕੀ ਵਜ੍ਹਾ ਕੀ ਦੱਸੀ ਆਉਣ ਦੀ? ਪੂਰੀ ਗੱਲ ਵਜ੍ਹਾ ਇਹੀ ਕਹੀ ਹੈ ਕਿ ਮੈਨੂੰ ਉੱਪਰੋਂ ਆਰਡਰ ਆਏ ਵੇ ਹੈ,
ਵੀ ਮੈਂ ਸੁਬਹਾ ਤੱਕ ਘਰ ਖਾਲੀ ਚਾਹੀਦਾ ਮੈਨੂੰ, ਨਹੀਂ ਤਾਂ ਆ ਕੇ ਸੁਬਹਾ ਤੱਕ ਘਰ ਅਸੀਂ ਖਾਲੀ ਕਰਾ ਦੇਵਾਂਗੇ। ਉਹ ਤਾਂ ਵਿਚਾਰੇ ਉੱਕ ਗਏ ਨਾ ਜੀ, ਠੀਕ ਹੈ, ਉਹ ਤਾਂ ਉੱਕ ਗਏ, ਕੱਲ੍ਹ ਦੇ ਉਹ ਸਾਰੀ ਰਾਤ ਸੌ ਨਹੀਂ ਪਾਏਗੇ ਇਸੇ ਗੱਲ ਮਾਰੇ, ਨੇ ਅਸੀਂ ਪਹਿਰਾ ਦਿੱਤਾ, ਰਾਤ ਵੀ ਦਿੱਤਾ, ਸੁਬਹਾ ਵੀ ਉਹਨਾਂ ਕੋਲ ਰਹੇ ਹਾਂ ਵੀ ਕੋਈ ਆ ਕੇ ਉਹਨਾਂ ਨੂੰ ਡਰਾਵੇ ਨਾ, ਧਮਕਾਵੇ ਨਾ। ਉਦੋਂ ਬਾਅਦ ਤਾਂ ਨਹੀਂ ਕੋਈ ਵੀ ਪੁਲਿਸ ਵਾਲਾ ਆਇਆ? ਉਸ ਤੋਂ ਬਾਅਦ ਕੋਈ ਨਹੀਂ ਆਇਆ ਜੀ, ਕੋਈ ਨਹੀਂ ਆਇਆ, ਕੋਈ ਗੱਲਬਾਤ ਨਹੀਂ। ਅਸੀਂ DSP ਸਾਹਿਬ ਦੇ, ਠੀਕ ਹੈ, ਇਨਕੁਆਇਰੀ ਲਵਾਤੀ ਹੈ ਇਹ, ਅਸੀਂ ਇਨਸਾਫ ਚਾਹੁੰਦੇ ਹਾਂ ਵੀ ਇਹਨਾਂ ਗੱਡੀਆਂ ਨਾਲ ਜਿਹੜਾ ਨਜਾਇਜ਼ ਧੱਕਾ ਹੋ ਰਿਹਾ ਇਹਨਾਂ ਨੂੰ ਇਨਸਾਫ ਮਿਲੇ। ਇਲੈਕਸ਼ਨ ਦੇ ਟਾਈਮ ਦੇ ਵਿੱਚ ਕਾਨੂੰਨ ਵਿਅਕਤੀਗਤ ਹੱਥ ਨਹੀਂ ਲੈਣਾ ਚਾਹੀਦਾ। ਪੁਲਿਸ ਦੀ ਬੜੀ ਵੱਡੀ ਗਲਤੀ ਹੈ ਕਿ ਉਹ ਪੰਚਾਇਤ ਮੈਂਬਰ ਪੁਰਾਣਿਆਂ ਤੋਂ ਜਾਂ ਚੌਂਕੀਦਾਰ ਤੋਂ ਬਿਨਾਂ ਹੀ ਉਹਨਾਂ ਨੂੰ ਡਰਾਉਣ ਧਮਕਾਉਣ ਗਈ ਹੈ, ਜਿਹੜਾ ਇਹ ਕਾਨੂੰਨ ਮੁਤਾਬਕ ਲੀਗਲ ਤੌਰ 'ਤੇ ਗਲਤ ਹੈ। ਇਲੈਕਸ਼ਨ ਦੇ ਵਿੱਚ ਨਿੱਜੀ ਤੌਰ ਦੇ ਉੱਤੇ ਵੀ ਉਹਨਾਂ ਨੂੰ ਇੰਨਾ ਇੰਟਰਸਟ ਨਹੀਂ ਲੈਣਾ ਚਾਹੀਦਾ, ਕਿਉਂਕਿ ਜੇ ਉਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਰਹੇ ਹੈ, ਕਿਸੇ 'ਤੇ ਚੋਰੀ ਦਾ ਇਲਜ਼ਾਮ ਹੈ, ਉਹਦਾ ਦਾਇਰਾ ਪੁੱਛਗਿੱਛ ਦਾ ਵੱਖਰਾ ਹੁੰਦਾ ਹੈਗਾ, ਪਰ ਜਿਹੜਾ ਇਹਨਾਂ ਨੇ ਦਾਇਰਾ ਅਪਣਾਇਆ ਉਹਦੇ ਵਿੱਚ ਛੋਟੀ ਪੱਧਰ ਦੇ ਮੁਲਾਜ਼ਮਾਂ ਨੂੰ ਭੇਜ ਕੇ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ, ਤਾਂ ਇੰਝ ਲੱਗ ਰਿਹਾ ਹੈਗਾ ਵੀ ਇਹ ਆਪਣਾ ਕੋਈ ਰਿਸ਼ਤੇ ਨਾਤੇ ਨੂੰ ਪਾਲਣ ਦਾ ਹੀ ਨਜ਼ਰੀਆ ਹੈ। ਮੈਂ ਤਾਂ ਇਹੀ ਕਹੂੰਗਾ ਵੀ ਜਿਹੜਾ ਕਾਨੂੰਨ ਹੈ, ਅਫਸਰ ਕਾਨੂੰਨ ਦਾ ਹੁੰਦਾ, ਉਹ ਲੋਕਾਂ ਦਾ ਨੁਮਾਇੰਦਾ ਨਹੀਂ ਹੁੰਦਾ ਗਾ ਕਿ ਉਹ ਕਿਸੇ ਨੂੰ ਵੋਟ ਲਈ, ਕਿਉਂਕਿ ਉਹਨਾਂ ਦੇ ਵਿੱਚੋਂ ਦੱਸਣ ਵਾਲਿਆਂ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਕਹਿ ਰਹੇ ਸੀਗੇ ਤੁਸੀਂ ਇੱਕ ਕੈਂਡੀਡੇਟ ਦਾ ਨਾਂ ਲੈ ਕੇ ਕਿ ਉਹਨੂੰ ਸਪੋਰਟ ਕਰੋ, ਉਹਨੂੰ ਵੋਟ ਪਾਓ, ਤਾਂ ਫਿਰ ਉੱਥੋਂ ਹੀ ਜ਼ਾਹਰ ਹੁੰਦਾ ਹੈਗਾ ਵੀ ਇਹ ਜਿਹੜੀ ਪੁਲਿਸ ਦੀ ਜਿਹੜੀ ਦਖਲ ਅੰਦਾਜ਼ੀ ਹੈ ਉਹ ਕਾਨੂੰਨ ਦੇ ਦਾਇਰੇ ਤੋਂ ਬਾਹਰ ਹੋ ਕੇ ਹੋ ਰਹੀ ਹੈ। ਚੋਰੀ ਦੇ ਮੁਲਾਜ਼ਮ ਕੰਮ ਕਰਦੇ ਹੋਣ ਅਤੇ ਚੋਰੀ ਦੇ ਮੁਲਜ਼ਮ ਫੜਨੇ ਹੋਣ, ਉਹਨਾਂ ਦਾ ਵੱਖੋ ਵੱਖਰਾ ਦਾਇਰਾ ਹੁੰਦਾ ਹੈਗਾ। ਇਹਦਾ ਓਪਨ ਦਾਇਰੇ ਦੇ ਵਿੱਚ ਚੋਰੀ ਦੇ ਮੁਲਾਜ਼ਮਾਂ ਨੂੰ ਫੜਨ ਲਈ ਜਾਣਾ ਔਰ ਉਹਨਾਂ ਨੂੰ ਸਟਰਾਈਸ ਕਰਨਾ ਕਿ ਵੀ ਤੁਸੀਂ ਦੂਸਰੇ ਬੰਦੇ ਦੀ ਸਪੋਰਟ ਕਰ ਦਿਓ, ਤਾਂ ਇੰਝ ਲੱਗ ਰਿਹਾ ਕਿ ਇਹ ਕਹਾਣੀ ਨੂੰ ਚੋਰੀ ਵਾਲੇ ਪਾਸਿਓਂ ਮੋੜ ਕੇ ਨਿੱਜੀ ਹਿੱਤਾਂ ਲਈ ਵਰਤ ਰਹੇ ਆ, ਕਿਉਂਕਿ ਜਿਹੜਾ ਇੱਥੇ SHO ਸਾਹਿਬ ਬੈਠੇ ਨੇ ਉਹ ਨੀਅਰ ਰਿਸ਼ਤੇਦਾਰ ਨੇ ਇੱਕ ਕੈਂਡੀਡੇਟ ਦੇ। ਪਿੰਡ ਚੈਣਾ ਦੇ ਵਿੱਚ ਜਿਹੜੀ ਇਲੈਕਸ਼ਨ ਪੰਚਾਇਤ ਦੇ ਵਿੱਚ ਸਰਪੰਚ ਦੀ ਹੋ ਰਹੀ ਹੈ ਅਤੇ ਸਰਪੰਚ ਦਾ ਉਹ ਉਮੀਦਵਾਰ ਹੈ, ਸਰਪੰਚੀ ਦਾ ਉਮੀਦਵਾਰ ਹੈ, ਉਹਦੇ ਨਾਲ ਰਿਲੇਸ਼ਨ ਹੈਗੇ, ਇਸ ਕਰਕੇ ਸ਼ੱਕ ਦੀ ਸੂਈ ਉਹਨਾਂ ਵੱਲ ਜਾਂਦੀ ਹੈ। ਉਹਨਾਂ ਤੋਂ ਅਸੀਂ ਇਹ ਚਾਹੁੰਦੇ ਹਾਂਗੇ ਵੀ ਉਹਨਾਂ ਨੂੰ ਇਸ ਤਰ੍ਹਾਂ ਦਾ ਵਿਹਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਜਿਹੜਾ ਕਾਨੂੰਨ ਹੁੰਦਾ ਹੈਗਾ ਉਹ ਸਭ ਲਈ ਸਾਂਝਾ ਹੁੰਦਾ, ਵਿਅਕਤੀਗਤ ਰਿਸ਼ਤੇਦਾਰ ਕੋਈ ਵੀ ਹੋਵੇ ਕਾਨੂੰਨ ਉਸ ਨੂੰ ਵੀ ਉਸੇ ਨਜ਼ਰੀਏ ਨਾਲ ਦੇਖਦਾ, ਇਨਸਾਫ ਦਾ ਦੇਣ ਦੇ ਨਜ਼ਰੀਏ ਨਾਲ ਦੇਖਦਾ, ਅਤੇ ਪਰ ਉਹਦੇ ਫੈਸਲੇ ਕਰਨ ਦਾ ਅਫਸਰ ਨੂੰ ਕੋਈ ਅਧਿਕਾਰ ਨਹੀਂ ਕਿ ਤੁਸੀਂ ਆਹ ਕੰਮ ਕਰ ਦਿਓ ਅਤੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਉਹਨਾਂ ਤੋਂ ਸੁਣੀਆਂ ਹੈਗੀਆਂ ਤਾਂ ਇਸ ਗੱਲ ਦੀ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਹੈਗਾ ਵੀ ਇਹ ਗੱਲ ਅਸੀਂ ਕਹੀ ਨਹੀਂ ਜਾਂ ਕਹੀ ਹੈ। ਗੱਡੀ ਨੰਬਰ ਵੀ ਉਹਨਾਂ ਨੇ ਦੱਸਿਆ ਹੈਗਾ, ਬੰਦਿਆਂ ਨੂੰ ਵੀ ਉਹਨਾਂ ਨੇ ਪਹਿਚਾਣਿਆ, ਪਿੰਡ ਦੇ ਹੋਰ ਮੋਹਤਬਰ ਲੋਕਾਂ ਨੇ ਵੀ ਉੱਥੇ ਦੇਖਿਆ, ਪਰ ਉਹਨਾਂ ਨੂੰ ਉਹਨਾਂ ਨੇ ਜੇ ਉੱਥੇ ਸ਼ਾਮਿਲ ਕਰ ਲੈਂਦੇ ਉਸੇ ਪੜਤਾਲ ਦੇ ਵਿੱਚ ਤਾਂ ਬਹੁਤ ਵਧੀਆ ਹੁੰਦਾ। ਹੁਣ ਤਾਂ ਇੰਝ ਲੱਗ ਰਿਹਾ ਕਿ ਉਹ ਇਸ ਨੂੰ ਦਹਿਸ਼ਤ ਦਾ ਮਾਹੌਲ ਬਣਾ ਕੇ ਅਤੇ ਇੱਕ ਉੱਥੇ ਹੋ ਰਹੀ ਜਿਹੜੀ ਇਲੈਕਸ਼ਨ ਦੀ ਮੂਵਮੈਂਟ ਹੈ ਉਹਨੂੰ ਨਿੱਜੀ ਹਿੱਤਾਂ ਲਈ ਵਰਤਣ ਦੀ ਖਾਤਰ ਆਪਣਾ ਅਸਰ ਸੂਕ ਵਰਤ ਰਹੇ ਆ। ਮੈਂ ਇਸ ਨੂੰ
ਕੰਡੈਮ ਕਰਦਾ ਔਰ ਆਸ ਤੱਕਦਾ ਵੀ ਕਾਨੂੰਨ ਦਾ ਰਾਖਾ ਕਾਨੂੰਨ ਦੀ ਰਾਖੀ ਕਰੂਗਾ, ਨਾ ਕਿ ਉਹ ਕਾਨੂੰਨ ਦਾ ਰਾਖਾ ਨਿੱਜੀ ਹਿੱਤਾਂ ਦੀ ਰਾਖੀ ਕਰੂਗਾ। ਬਸ ਇੰਨੇ ਮੈਂ ਸ਼ਬਦ ਕਹਿਣਾ। ਸਾਡੇ ਨਾਲ ਮੌਜੂਦ ਹਨ SHO ਮੁਖਤਿਆਰ ਸਿੰਘ ਜੀ ਗਿੱਲ, ਜਿਨ੍ਹਾਂ ਦੇ ਪਰਸਨਲ PSO ਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਗਰੀਬ ਤਬਕੇ ਵਾਲੇ ਲੋਕਾਂ ਨੂੰ ਪਿੰਡ ਚੈਣਾ ਵਿਖੇ ਘਰ ਖਾਲੀ ਕਰਨ ਦੀਆਂ ਧਮਕੀਆਂ ਦਿੱਤੀਆਂ ਨੇ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਮੈਨੂੰ ਪਤਾ ਲੱਗਿਆ ਕਿ ਮੇਰੇ ਖਿਲਾਫ ਚੈਣੇ ਤੋਂ ਦਰਖਾਸਤ ਦਿੱਤੀ ਹੈ। ਮੈਂ ਐਜ SHO ਆਪਣੀ ਡਿਊਟੀ ਇਮਾਨਦਾਰੀ ਅਤੇ ਨਿਰਪੱਖਤਾ ਨਾਲ ਕਰ ਰਿਹਾ, ਫਿਰ ਵੀ ਜੇ ਕੋਈ ਦਰਖਾਸਤ ਦਿੱਤੀ ਹੈ ਤਾਂ ਉਸਦੀ ਪੜਤਾਲ ਮੇਰੇ ਸੀਨੀਅਰ ਅਫਸਰ ਅੰਬਾਲਾ ਅਫਸਰ ਕਰ ਰਿਹਾ, ਉਹ ਇਹਦੀ ਇਨਕੁਆਇਰੀ ਕਰ ਰਿਹਾ, ਪਰ ਮੈਂ ਇਸ ਬਾਰੇ ਕੁਛ ਨਹੀਂ ਕਹਿ ਸਕਦਾ।